ਕੀ ਫਤਿਹ। ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਦੇ ਨਾਲ 10 ਜੂਨ ਐਸੀ ਮਹੀਨੇ ਨੂੰ 1984 ਦਾ ਜਿਹੜਾ ਸਿੱਖ ਕੌਮ ਦਾ ਭਾਰਤੀ ਸਰਕਾਰ ਵੱਲੋਂ ਜੀਨੋਸਾਈਡ ਕੀਤਾ ਗਿਆ ਉਸ ਦੇ ਸੰਬੰਧ ਦੇ ਵਿੱਚ ਸਮੂਹ ਗੁਰਦੁਆਰੇ ਸਮੂਹ ਜਥੇਬੰਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਟਾਵਰ ਦੇ ਲਾਗੇ ਪਲੱਸ ਟਰੋਕਾਟੋ ਦੇ ਵਿੱਚ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਬਹੁਤ ਵੱਡਾ ਡੈਮੋਸਟ੍ਰੇਸ਼ਨ ਕੀਤਾ ਗਿਆ ਜਾ ਰਿਹਾ ਉੱਥੇ। ਸੋ ਕਿਰਪਾ ਕਰਕੇ ਸੰਗਤਾਂ ਨੂੰ, ਗੁਰੂ ਘਰਾਂ ਦੀਆਂ ਕਮੇਟੀਆਂ ਨੂੰ, ਹੋਰ ਜਿੰਨੇ ਵੀ ਮੇਰੇ ਵੀਰ ਸੁਣਦੇ ਨੇ, ਸਾਰਿਆਂ ਨੂੰ ਬੇਨਤੀ ਆ ਕਿ ਸਮਾਂ ਕੱਢ ਕੇ ਆਪਣੀ ਕੌਮ ਦੇ ਦਰਦ ਨੂੰ ਪਛਾਣਦੇ ਹੋਏ ਸਮੇਂ ਚਿਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਹਰ ਗੁਰਦੁਆਰੇ ਦੇ ਵਿੱਚੋਂ ਉੱਥੇ ਪਹੁੰਚਣ ਵਾਸਤੇ ਕੋਚਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਨਿਮਰਤਾ ਸਹਿਤ ਬੇਨਤੀ ਆ ਸਮੂਹ ਗੁਰਦੁਆਰਿਆਂ ਵੱਲੋਂ, ਸਮੂਹ ਸੰਗਤਾਂ ਵੱਲੋਂ ਹੁੰਮ ਹੁੰਮ ਆ ਕੇ ਪਹੁੰਚਣ ਦੀ ਕਿਰਪਾਲਤਾ ਕਰੋ। 1984 ਦੇ ਜੀਨੋਸਾਈਡ ਦੇ ਸੰਬੰਧ ਦੇ ਵਿੱਚ ਬਹੁਤ ਵੱਡਾ ਡੈਮੋਸਟ੍ਰੇਸ਼ਨ ਕੀਤਾ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।